ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਮੇਰਾ ਸਾਥ ਦੇਣਗੇ ਡਾਕਟਰ ਕਾਲਾ ਸਿੰਘ ਅਤੇ ਅੱਜ ਦਾ ਸਾਡਾ ਵਿਸ਼ਾ ਰਹੇਗਾ, ਕਿਉਂਕਿ ਆਮ ਤੌਰ 'ਤੇ ਅਸੀਂ ਗੱਲਬਾਤ ਕਰਦੇ ਹਾਂ ਜਦੋਂ ਕਿਸੇ ਨੂੰ ਸੁਣੀਏ ਕਿ ਵੀ ਰੱਬ ਤਾਂ ਅੰਦਰ ਵੱਸਦਾ। ਵੈਲ, ਜਦੋਂ ਅਸੀਂ ਰੱਬ ਨੂੰ ਯਾਦ ਕਰਨਾ ਤਦ ਤਾਂ ਸਾਡਾ ਅੱਖਾਂ ਉੱਤੇ ਨੂੰ ਜਾਂਦੀਆਂ, ਹੱਥ ਉੱਤੇ ਨੂੰ ਜਾਂਦਾ ਹੈ, ਪਰ ਆਮ ਤੌਰ 'ਤੇ ਤਾਂ ਇਹੀ ਕਿਹਾ ਜਾਂਦਾ ਕਿ ਰੱਬ ਤਾਂ ਹਰ ਕਿਸੇ ਵਿੱਚ ਵੱਸਦਾ। ਇਸ ਦਾ ਕੀ ਮਤਲਬ ਹੈ, ਗੁਰਬਾਣੀ ਦਾ ਕੀ ਕੋਨਸੈਪਟ ਹੈਗਾ ਹੈ, ਇਸ ਬਾਰੇ ਆਓ ਕੁਛ ਕਲੈਰੀਫਿਕੇਸ਼ਨ ਲੈਂਦੇ ਹਾਂ ਡਾਕਟਰ ਕਾਲਾ ਸਿੰਘ ਜੀ। ਡਾਕਟਰ ਸਾਹਿਬ ਜੈ ਹਿੰਦ ਜੀ, ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ ਜੀ, ਰੱਬ ਕਹਿੰਦੇ ਨੇ ਸਾਡੇ ਅੰਦਰ ਹੀ ਵਸਦਾ ਹੈ, ਅੰਦਰੋਂ ਅੰਦਰ ਹੈ, ਪਰ ਅੰਦਰ ਕਿੱਥੇ ਆ? ਯਾ ਬੋਡੀ ਦੇ ਵਿੱਚ, ਬਿਲਕੁਲ, ਕਿੱਥੇ ਲੱਭੀਏ, ਕਿੱਥੇ ਲੱਭੀ ਅੰਦਰ? ਪਹਿਲਾਂ ਮੂਲ ਮੰਤਰ ਜੀ, ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹਨ ਗੁਰਪ੍ਰਸਾਦ ਜੀ। ਇਹਦੀ ਉਹ ਮੈਂ ਵਿਆਖਿਆ ਨਹੀਂ ਕਰਨੀ, ਕਿਉਂਕਿ ਇਹਦੀ ਵਿਆਖਿਆ ਇਟ ਸੈਲਫ ਇੱਕ ਘੰਟਾ ਲੈ ਲੈਂਦੀ ਹੈ। ਵੈਸੇ ਪਿਛਲੀ ਵਾਰੀ ਮੇਰੇ ਕੋਲ ਘੰਟਾ ਲਿੱਤਾ ਸੀ ਪੂਰਾ, ਇਹਦੀ ਇੱਕ ਵਿਆਖਿਆ ਸੀ, ਨਹੀਂ ਇੰਨੀ ਪੋਰਸ਼ਨ ਨਹੀਂ, ਪਰ ਅਸੀਂ ਸਿਰਫ ਇਹ ਦੇਖਣਾ ਕਿ ਇਹ ਜੂਨਾਂ 'ਚ ਨਹੀਂ ਆਉਂਦਾ, ਅਜੂਨੀ ਹੈ, ਸਾਹਿਬ ਅੰਗ ਹੈ, ਔਰ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਆ। ਇਸ ਚੀਜ਼ ਨੂੰ ਅਸੀਂ ਚੇਤੇ ਰੱਖਣਾ ਆ ਜੀ। 1035 ਅੰਗ, ਅਰਬਦ ਨਰਬਦ ਤੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁੰਨ ਸੰਵਾਦ ਲਗਾਇਦਾ। ਵੀ ਉਸ ਵੇਲੇ ਪਹਿਲਾਂ ਇਹ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਬਿਲਕੁਲ ਅੰਧਕਾਰ, ਨਾ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਸੂਰਜ ਸੀ ਜੀ। ਉਸ ਵਕਤ ਸੁੰਨ ਦਾ ਮਤਲਬ ਹੈ ਕਿ ਜਿਹਨੂੰ ਕਹਿੰਦੇ ਨੇ ਕਿ ਐਮਟੀ ਸਪੇਸ, ਵਾਇਡ, ਠੀਕ ਹੈ, ਸੁੰਨ ਸੀ। ਉਹਦੇ ਵਿੱਚ ਉਹਨੂੰ ਕਹਿਤਾ ਕਿ ਸੁੰਨ ਸੰਵਾਦ ਲਗਾਇਦਾ, ਵੀ ਉਹਦੇ ਵਿੱਚ ਉਹ ਇੱਕ ਤਰੀਕੇ ਦੇ ਨਾਲ ਪਰਫੈਕਟ ਮੈਂਟਲ ਟ੍ਰੈਂਕੁਇਲਿਟੀ ਦੇ ਵਿੱਚ ਸੀਗੀ ਉਸ ਵਕਤ ਜੀ। ਇਸ ਨੂੰ ਦੇਖਿਆ ਜਾਏ ਤਾਂ ਜਿੱਦਾਂ ਅਸੀਂ ਕਹਿੰਦੇ ਕਿ ਰੱਬ ਨਿਰਗੁਣ, ਵੀ ਉਸ ਵਕਤ ਉਹ ਨਿਰਗੁਣ ਅਵਸਥਾ ਦੇ ਵਿੱਚ ਸੀ ਕਿ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਸੀਗਾ ਜੀ। ਉਸ ਵੇਲੇ ਮਾਇਆ ਸੀਗੀ ਨਹੀਂ। ਉਸੇ ਦਾ 14ਵਾਂ ਸ਼ਬਦ ਹੈ, ਜਾਂ ਤਿਸ ਪਹਾੜਾਂ ਤੇ ਜਗਤ ਉਪਾਇਆ, ਬਾਝ ਕਲਾ ਆਡਾਂਡ ਰਹਾਇਆ, ਬ੍ਰਹਮਾ ਵਿਸ਼ਨ ਮਹੇਸ਼ ਉਪਾਏ, ਮਾਇਆ ਮੋਹ ਵਧਾਇਦਾ। ਉਹਦੇ ਬਾਅਦ ਫਿਰ ਉਹਨੇ ਸਾਰਾ ਇਹ ਖੰਡ ਬ੍ਰਹਿਮੰਡ ਬਣਾਏ, ਨਾਲ ਉਹਦੇ ਮਾਇਆ ਮੋਹ ਬਣਾ ਦਿੱਤੀ ਜੀ। ਵਿਰਲੇ ਕੋ ਗੁਰ ਸਬ ਸੁਣਾਇਆ, ਕਾਕਰ ਦੇਖਿਆ ਹੁਕਮ ਸਭਾਇਆ, ਖੰਡ ਬ੍ਰਹਿਮੰਡ ਪਤਾਲ ਆਰੰਭੇ, ਗੁਪਤੋਂ ਪ੍ਰਗਟੀ ਆਇਦਾ ਜੀ। ਜਦੋਂ ਇਹ ਖੰਡ ਬ੍ਰਹਿਮੰਡ ਪਤਾਲ ਆਕਾਸ਼ ਸਭ ਕੁਛ ਬਣਾਇਆ, ਉਸ ਵਕਤ ਉਹ ਜਿਹੜਾ ਗੁਪਤ ਸੀਗਾ, ਸੁੰਨ ਸੀਗਾ, ਪ੍ਰਗਟ ਹੋ ਗਿਆ ਜੀ। ਉਸ ਵਕਤ ਉਹਨੂੰ ਅਸੀਂ ਕਹਿ ਦਿੰਦੇ ਕਿ ਹੁਣ ਉਹ ਸਰਗੁਣ ਹੋ ਗਿਆ। ਗੁਰੂ ਤੇਗ ਬਹਾਦਰ ਜੀ ਦਾ ਸ਼ਬਦ ਹੈ 1427 ਅੰਕ ਉੱਪਰ, ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਿਹੋ ਪੁਕਾਰ। ਉਹ ਫਿਰ ਉਸ ਵਕਤ ਜਦੋਂ ਸਭ ਕੁਛ ਬਣਾਇਆ ਤਾਂ ਉਹ ਹਰ ਘੱਟ ਘੱਟ ਦੇ ਵਿੱਚ ਵਸ ਗਿਆ ਉਹ। ਇਹਦਾ ਮਤਲਬ ਉਹ ਆ ਕਿ ਉਹ ਖੰਡ ਬ੍ਰਹਿਮੰਡ ਹਰੇਕ ਦੇ ਵਿੱਚ ਜੀ, ਜਿੰਨੀ ਵੀ ਗਲੈਕਸੀਸ ਨੇ ਹਰੇਕ ਦੇ ਵਿੱਚ ਉਹ ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪਰ ਅਪਾਰੀ, ਆਪੇ ਕੁਦਰਤ ਕਰ ਦੇਖੇ, ਸੁਨੋ ਸੁਨ ਉਪਾਇਦਾ ਜੀ। ਜਿਹੜਾ ਸੁਨ ਸੀਗਾ ਉਹਦੇ ਵਿੱਚ ਉਹ ਹੋਰ ਸੁਨ ਪੈਦਾ ਕੀਤਾ ਉਹਨੇ, ਤੇ ਹਰ ਚੀਜ਼ ਦੇ ਵਿੱਚ ਉਹ ਵਸ ਗਿਆ। 19ਵਾਂ ਅੰਕ ਹੈ, 19ਵਾਂ ਸ਼ਬਦ ਦੇ ਉੱਪਰ ਜੀ, ਸਾਚੇ ਤੇ ਪਵਨਾ ਪਹਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੀ ਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਕਿ ਪਹਿਲਾਂ ਉਸ ਸੱਚੇ ਤੋਂ ਪਵਨ ਬਣੀ, ਪਵਨ ਤੋਂ ਜਲ ਪੈਦਾ ਹੋਇਆ, ਜਲ ਤੋਂ ਇਹ ਤ੍ਰੀ ਭਵਨ ਦੇ ਵੀ ਅਲੱਗ ਅਲੱਗ ਅਰਥ ਕੀਤੇ ਹੋਏ ਨੇ ਸਮਝਣੇ, ਪਰ ਆਪਾਂ ਨੂੰ ਉਹ 'ਚ ਨਹੀਂ ਜਾਣਾ ਜੀ। ਅਤੇ ਉਹਦੇ ਵਿੱਚ ਉਹਦੀ ਜੋਤ ਹਰ ਚੀਜ਼ ਦੇ ਵਿੱਚ ਸਮਾ ਗਈ। ਹੁਣ ਇੱਥੇ ਉਹਨੇ ਜੋਤ ਕਿਹਾ, ਜਲ ਤੇ ਤ੍ਰੀ ਭਵਨ ਸਾਜਿਆ, ਘੱਟ ਘੱਟ ਜੋਤ ਸਮੋ ਜੀ। ਹੁਣ ਗੁਰੂ ਸਾਹਿਬਾਂ ਨੇ ਉਹ ਜਿਹੜਾ ਸੁੰਨ ਸੀ, ਵੋਇਡ ਸੀ, ਐਮਟੀ ਸੀਗਾ, ਉਸ ਨੂੰ ਸੱਚਾ ਰੱਬ ਅਕਾਲ ਪੁਰਖ ਜੀ, ਇਹ ਕਿਹਾ ਵਾ 472 ਅੰਕ ਉੱਪਰ, ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਈ ਜੀ। ਜਿਹੜਾ ਪਹਿਲਾ ਪਾਣੀ ਆ, ਪਹਿਲਾ ਪਾਣੀ ਆ ਉਹ ਜੀ ਆ। ਇਹਦਾ ਮਤਲਬ ਹੈ ਕਿ ਜਿਹੜਾ ਪਾਣੀ ਆ ਉਹ ਜੀਉ ਹੈ, ਉਹਦੇ ਵਿੱਚ ਵੀ ਰੱਬ ਦੀ ਜੀ ਜੋਤ ਹੈ। ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹੱਤ। ਪਵਨ ਨੂੰ ਇੱਥੇ ਗੁਰੂ ਕਿਹਾ ਆ, ਪਾਣੀ ਨੂੰ ਪਿਤਾ ਕਿਹਾ ਆ, ਔਰ ਧਰਤੀ ਨੂੰ ਮਾਤਾ ਕਿਹਾ ਵਾ ਜੀ। ਪਵਨ ਗੁਰੂ
ਸਾਚੇ ਤੇ ਪਵਨਾ ਪਿਆ। ਇਹ ਚੀਜ਼ ਬੜੀ ਧਿਆਨ ਨਾਲ ਸਮਝਣ ਵਾਲੀ ਹੈ, ਸਾਚੇ ਤੇ ਪਵਨਾ ਪਿਆ ਵੀ ਸੱਚੇ ਤੋਂ ਪਵਨ ਬਣੀ, ਉਹ ਪਵਨ ਜਿਹੜੀ ਆ ਉਹ ਗੁਰੂ ਆ। ਫਿਰ ਇਹ ਵੀ ਕਹਿ ਦਿੱਤਾ ਕਿ ਸ਼ਬਦ ਗੁਰੂ ਆ ਜੀ, ਹੁਣ ਗੁਰੂ ਸ਼ਬਦ ਵਾ ਕਿ ਪਵਨ ਗੁਰੂ ਹੈ। ਇਹ ਇਸ ਨੂੰ ਥੋੜਾ ਜਿਹਾ ਇੱਕ ਸੈਕਿੰਡ ਟਕਾਈਏ ਕਿ ਆਖਾਂ ਜੀਵਾਂ ਵਿਸਰੇ ਮਰ ਜਾਓ। ਜੇ ਮੈਂ ਸ਼ਬਦ ਨੂੰ ਦੇ ਉੱਪਰ ਮੈਂ ਜੁੜਿਆ ਹੋਇਆ ਵਾਂ ਜੀ ਤਾਂ ਮੈਂ ਜਿੰਦਾ ਹਾਂ, ਜੇ ਮੈਂ ਸ਼ਬਦ ਤੋਂ ਵਿਸਰ ਗਿਆ ਤਾਂ ਮੈਂ ਮਰ ਗਿਆ। ਠੀਕ, ਪਵਨ ਤੋਂ ਅਗਰ ਮੈਂ ਵਿਸਰ ਗਿਆ ਤਾਂ ਮੈਂ ਮਰ ਗਿਆ, ਪਵਨ ਤੋਂ ਵੀ ਵਿਸਰ ਗਿਆ ਤਾਂ ਮੈਂ ਮਰ ਗਿਆ, ਬਿਲਕੁਲ ਸ਼ਬਦ ਤੋਂ ਵਿਸਰ ਗਿਆ ਤਾਂ ਵੀ ਮੈਂ ਮਰ ਗਿਆ, ਸ਼ਬਦ ਤੋਂ ਵਿਸਰਿਆ ਤਾਂ ਮੈਂ ਆਤਮਕ ਮੌਤੇ ਮਰ ਗਿਆ, ਪਵਨ ਤੋਂ ਵਿਸਰਿਆ ਤੇ ਮੈਂ ਜ਼ਿੰਦਗੀ ਤੋਂ ਖਤਮ ਹੋ ਗਿਆ। ਇਸ ਉਹਦੇ ਦੋਨੋਂ ਦੇ ਦੋਨੋਂ ਗੁਰੂ ਨੇ, ਪਵਨ ਗੁਰੂ ਉਧਰ ਸ਼ਬਦ ਗੁਰੂ, ਦੋਨੋਂ ਦੇ ਦੋਨੋਂ ਗੁਰੂ ਨੇ ਪਰ ਦੋਨੋਂ ਅਲੱਗ ਅਲੱਗ ਢੰਗ ਦੇ ਨੇ। ਪਵਨ ਮੇਰੀ ਜ਼ਿੰਦਗੀ ਦੇ ਵਾਸਤੇ ਜ਼ਰੂਰੀ ਹੈ, ਸ਼ਬਦ ਮੇਰੀ ਆਤਮਕ ਮੌਤ ਦੇ ਵਾਸਤੇ ਆਤਮਕ ਜੀਵਨ ਦੇ ਵਾਸਤੇ ਜ਼ਰੂਰੀ ਹੈ। ਹੁਣ ਉਹਨੇ ਕਿਹਾ ਕਿ ਜਦ ਤੇ ਤੇਰੀ ਪਵਨ ਸਾਜਿਆ ਘੱਟ ਘੱਟ ਜੋਤ ਸਮੋਏ, ਤੇ ਜੋਤ ਹੈ ਕੀ ਚੀਜ਼? ਜਦ ਤੁਹਾਨੂੰ ਜੋਤ ਸਮਝ ਆ ਗਈ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਰੱਬ ਸਾਡੇ ਅੰਦਰ ਕਿੱਥੇ ਆ। ਠੀਕ, ਅੰਗ 13 ਦੇ ਉੱਪਰ ਸ਼ਬਦ ਹੈ, ਸਭ ਮਹਿ ਜੋਤ ਜੋਤ ਹੈ ਸੋਏ, ਸਾਰੇ 'ਚ ਜੋਤ ਹੈ ਉਹਦੀ, ਕਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਜੀ। ਉਸ ਜੋਤ ਦੇ ਨਾਲ ਹਰੇਕ ਦੇ ਵਿੱਚ ਚਾਨਣ ਵਾ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਇਹ ਨਹੀਂ ਕਿ ਉਸਨੇ ਧੁੰਦ ਪਈ ਹੋਈ ਸੀਗੀ, ਜਦੋਂ ਸਤਿਗੁਰੂ ਨਾਨਕ ਪ੍ਰਗਟੇ, ਇਹ ਨਹੀਂ ਜਦੋਂ ਸਤਿਗੁਰੂ ਨਾਨਕ ਪੈਦਾ ਹੋਏ, ਪ੍ਰਗਟੇ 1499 'ਚ ਜਦੋਂ ਉਹਨਾਂ ਨੇ ਪਹਿਲਾ ਸਰਮਨ ਦਿੱਤਾ ਨਦੀ ਤੋਂ ਬਾਹਰ ਆ ਕੇ, ਉਦੋਂ ਉਹ ਪ੍ਰਗਟ ਹੋਏ ਜੀ। ਉਦੋਂ ਉਹਨਾਂ ਨੇ ਜਿਹੜਾ ਉਪਦੇਸ਼ ਦਿੱਤਾ ਉਹਦੇ ਨਾਲ ਜਿਹੜਾ ਅਗਿਆਨਤਾ ਦਾ ਅੰਧਕਾਰ ਸੀ ਉਹ ਖਤਮ ਹੋ ਗਿਆ, ਗਿਆਨ ਦਾ ਚਾਨਣ ਪੈਦਾ ਹੋ ਗਿਆ। ਸਭ ਮੈਂ ਜੋ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਸਾਡੇ ਅੰਦਰ ਗਿਆਨ ਪ੍ਰਗਟ ਹੋਇਆ ਜੀ। ਕਿੱਦਾਂ? ਗੁਰ ਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਾਖੀ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਜਿਹੜੀ ਜੋਤ ਸੀਗੀ ਜੀ ਉਹ ਪ੍ਰਗਟ ਹੋਈ। ਜਿੱਦਾਂ ਗੁਰੂ ਨਾਨਕ ਪ੍ਰਗਟ ਹੋਏ ਜਦੋਂ ਉਹਨਾਂ ਨੇ ਪਹਿਲਾ ਸਰਮਨ ਦਿੱਤਾ 1499 ਦੇ ਵਿੱਚ ਜੀ, ਉਸੇ ਤਰੀਕੇ ਦੇ ਨਾਲ ਜਦੋਂ ਸਾਡੇ ਅੰਦਰ ਗੁਰੂ ਦੀ ਸਾਖੀ, ਗੁਰੂ ਦੀ ਸਿੱਖਿਆ ਦੇ ਨਾਲ ਜੋਤ ਪ੍ਰਗਟ ਹੋਈ, ਜੋਤ ਇਸ ਭਾਵੇਂ ਸੋ ਆਰਤੀ ਹੋ, ਉਹ ਆਰਤੀ ਹੈ ਜੀ। ਜੋਤ ਚਾਨਣ ਇਹਦਾ ਮਤਲਬ ਕਿ ਜਿਹੜਾ ਉਹ ਗਿਆਨ, ਜਿਹੜਾ ਗਿਆਨ ਵਾ ਉਹ ਜੋਤ ਵਾ, ਔਰ ਉਹ ਗਿਆਨ ਸਮੇਂ ਜੋ ਜੋਤ ਹੈ ਸੋਈ, ਉਹ ਜਿਹੜਾ ਚਾਨਣ ਜਿਹੜਾ ਵਾ, ਉਹ ਜਿਹੜੀ ਜੋਤ ਜਿਹੜੀ ਆ, ਉਹ ਗਿਆਨ ਜਿਹੜਾ ਵਾ ਉਹ ਸਾਰਿਆਂ ਦੇ ਵਿੱਚ ਅੰਦਰ ਹੈ ਜੀ। ਇਹ ਸਰੀਰ ਆ ਮੇਰਿਆ, ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗਮੇ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗਮੇ ਆਇਆ। ਇਹਦਾ ਮਤਲਬ ਇਹ ਆ ਕਿ ਗੁਰੂ ਨੇ ਸਾਡੇ ਅੰਦਰ ਗਿਆਨ ਆਪਣਾ ਦੇ ਕੇ ਜੀ ਸਾਨੂੰ ਤਾਂ ਪੈਦਾ ਕੀਤਾ ਆ। ਠੀਕ, ਸਾਡੇ ਅੰਦਰ ਗਿਆਨ ਸੀਗਾ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ। ਇਹ ਮਾਤਾ ਪਿਤਾ ਇਹ ਨੇ ਜਿਹੜੇ ਸਾਡੀ ਜ਼ਿੰਦਗੀ ਦੇ ਨੇ। ਹਰ ਆਪੇ ਮਾਤਾ, ਮਾਤਾ ਕੌਣ ਹੈ? ਮਤ ਮਾਤਾ ਪਿਤਾ ਸੰਤੋਖ, ਮਤ ਔਰ ਸੰਤੋਖ ਦੇ ਕੇ ਸਾਨੂੰ ਸਾਨੂੰ ਪੈਦਾ ਕੀਤਾ ਆ। ਗੁਰਪ੍ਰਸਾਦੀ ਬੂਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਕਿਹੜਾ ਮੂਲ ਰਚਿਆ? ਜੋਤ ਰਾਖੀ ਤਾਂ ਤੋਂ ਜਗ ਮੈਂ ਆਇਆ ਜੀ। ਇੱਥੇ ਤਾਂ ਗੁਰੂ ਨੇ ਇਹ ਕਹਿ ਦਿੱਤਾ ਕਿ ਇਨਸਾਨ ਨੂੰ ਆਪਣੀ ਜੋਤ, ਆਪਣਾ ਗਿਆਨ ਦੇ ਕੇ ਤਾਂ ਪੈਦਾ ਕੀਤਾ ਜੀ। 1261 ਅੰਕ ਉੱਪਰ ਹੈ ਕਿ ਮਾਇਆ ਮਮਤਾ ਕਰਤੇ ਲਾਈ, ਇਹ ਹੁਕਮ ਕਰ ਸ੍ਰਿਸ਼ਟ ਪਾਈ ਜੀ। ਨਾਲ ਇਹ ਵੀ ਕਹਿ ਦਿੱਤਾ ਰਾਈਟ, ਜਿਹੜਾ ਇਨਸਾਨ ਪੈਦਾ ਹੋਇਆ ਉਹ ਮਾਇਆ ਦੇ ਵਿੱਚ ਪੈਦਾ ਹੋਇਆ ਜੀ, ਪਰ ਗੁਰੂ ਦੀ ਜੋਤ, ਗੁਰੂ ਦਾ ਗਿਆਨ, ਰੱਬ ਦਾ ਗਿਆਨ ਉਹਦੇ ਵੀ ਅੰਦਰ ਉਹ ਵੀ ਸੀਗਾ। ਇਹ ਦੋਨੋਂ ਚੀਜ਼ਾਂ ਦੇ ਨਾਲ ਪੈਦਾ ਹੋਇਆ। ਗੁਰਪ੍ਰਸਾਦੀ ਬੂਝੋ ਪਾਈ, ਇਸ ਵਾਸਤੇ ਸਦਾ ਰਹੋ ਹਰ ਕੀ ਸ਼ਰਨ ਆਈ। 1443 ਅੰਕ ਉੱਪਰ ਸ਼ਬਦ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜੀ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਰੱਬ ਵਾ ਉਹ ਸਾਡੇ ਅੰਦਰ ਦੀ ਰੱਬ ਦੀ ਜੋਤ ਵਾ, ਜੋਤ ਗਿਆਨ ਵਾ, ਉਹ ਜਿਹੜਾ ਗਿਆਨ ਵਾ ਉਹ ਮਨ ਦੇ ਵਿੱਚ ਵਾ। ਰਾਈਟ, ਥੋੜ੍ਹਾ ਜਿਹਾ ਕਲੀਅਰ ਹੋ ਰਿਹਾ ਕਿ ਸਾਡੇ ਅੰਦਰ ਰੱਬ ਕਿੱਥੇ ਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਮਨ ਸਰੀਰ ਦੇ ਵਿੱਚ ਕਿੱਥੇ ਆ ਇਹਦੇ ਉੱਪਰ ਮੈਂ ਚਲਾ ਗਿਆ ਤਾਂ ਫਿਰ ਘੰਟਾ ਇੱਕ ਹੋਰ ਲੱਗ ਜਾਣਾ ਆ। ਉਹਦੇ ਉੱਪਰ ਮੇਰੀ ਅਲੱਗ ਸਾਡੀ ਇੱਕ ਯੂਟਿਊਬ ਹੈਗੀ ਆ, ਇੱਕ ਇੰਗਲਿਸ਼ ਵਿੱਚ ਵੀ, ਇੱਕ ਪੰਜਾਬੀ ਵਿੱਚ ਵੀ ਜੀ, ਕਿ ਮਨ ਕੀ ਆ।
ਤੇ ਜੇ ਕਿਸੇ ਨੇ ਪਤਾ ਕਰਨਾ ਵਾ ਤਾਂ ਉਹ ਯੂਟਿਊਬ ਜ਼ਰੂਰ ਸੁਣ ਲੈਣ, ਉਹ ਘੰਟੇ ਦੀ ਘੰਟੇ ਘੰਟੇ ਦੀ ਯੂਟਿਊਬ ਨੇ ਦੋਨੋਂ ਦੇਣੀ ਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ, ਮੂਲ ਪਛਾਣੇ ਤਾਂ ਸਭ ਜਾਣੇ ਮਰਨ ਜੀਵਨ ਕੀ ਸੋਝੀ ਹੋਈ, ਗੁਰ ਪ੍ਰਸਾਦੀ ਇੱਕੋ ਜਾਣੇ ਤਾਂ ਦੂਜਾ ਭਾਵਨਾ ਹੋਈ, ਮਨ ਸ਼ਾਂਤ ਆਈ ਵਜੀ ਵਧਾਈ ਤਾਂ ਹੋਆ ਪ੍ਰਵਾਨ, ਪਹਿਲਾਂ ਸ਼ਾਂਤੀ ਅੰਦਰ ਆ। ਇਉਂ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿ ਜਿਹੜਾ ਰੱਬ ਵਾ ਉਹਦੀ ਸਾਡੇ ਅੰਦਰ ਜੋਤ ਵਾ, ਉਸ ਜੋ ਉਹ ਜਿਹੜੀ ਜੋਤ ਵਾ ਉਹਦਾ ਗਿਆਨ ਵਾ, ਉਹ ਗਿਆਨ ਸਾਡੇ ਮਨ ਦੇ ਵਿੱਚ ਵਾ, ਔਰ ਮਨ ਦੇ ਵਿੱਚ ਰੱਬ ਦਾ ਗਿਆਨ ਵੀ ਆ ਔਰ ਨਾਲ ਮਾਇਆ ਵੀ ਆ। ਮਾਇਆ ਜਿਹੜੀ ਹੈਗੀ ਉਹ ਪ੍ਰਬਲ ਵਾ, ਤਾਂ ਸਾਨੂੰ ਆਪਣੇ ਅੰਦਰੋਂ ਮਾਇਆ ਨੂੰ ਖਤਮ ਕਰਕੇ ਜਿਹੜੇ ਰੱਬ ਦੇ ਜਿਹੜੀ ਜੋਤ ਵਾ ਜੀ ਉਸ ਨੂੰ ਪਛਾਣਨਾ ਆ। ਉਹ ਕਰਨੀ ਗੁਰੂ ਨੇ ਕਿਹਾ ਕਿ ਮਨ ਸ਼ਾਂਤ ਆਈ ਵਜੀ ਵਧਾਈ ਤਾਂ ਹੋਆ ਪ੍ਰਵਾਨ, ਪਹਿਲਾਂ ਮਨ ਨੂੰ ਸ਼ਾਂਤੀ ਕਰਨੀ ਆ, ਉਹਦੇ ਬਾਅਦ ਉਹ ਅੱਗੇ ਦੇਖਦੇ ਪ੍ਰਵਾਨ ਉਹਦੇ ਅੱਗੇ ਦੇਖਦੇ ਹਾਂ। ਸੋ ਇਸ 'ਤੇ ਇਹ ਪਤਾ ਲੱਗਿਆ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਆਪਣਾ ਮੂਲ ਪਛਾਣ ਹੈ। ਇੱਕ ਫਰੀ ਵਿਲ ਦੇ ਦਿੱਤੀ ਗਈ ਸਾਨੂੰ, ਗਿਆਨ ਵੀ ਹੈ ਅਤੇ ਨਾਲ ਮਾਇਆ ਵੀ ਹੈ। ਹਾਂ, ਅਸੀਂ ਕਿਹੜਾ ਰਸਤਾ ਅਖਤਿਆਰ ਕਰਨਾ ਇਹ ਸਾਡੇ 'ਤੇ ਡਿਪੈਂਡ ਕਰਦਾ ਹੈ। ਵਾਹਿਗੁਰੂ ਨੇ ਤਾਂ ਸਾਨੂੰ ਉਹ ਦੋਨੋਂ ਹੀ ਮਤਾਂ ਜਿਹੜੀਆਂ ਉਹ ਦੇ ਦਿੱਤੀਆਂ। ਇਸ ਬਾਰੇ ਹੋਰ ਜਾਣਕਾਰੀ ਲੈਣੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਾਨਸਿਕ ਤੇ ਸਰੀਰਕ ਬਿਮਾਰੀਆਂ ਵੱਧ ਰਹੀਆਂ ਹਨ, ਪਰ ਇਸ ਦਾ ਇਲਾਜ ਔਰਗੈਨਿਕ ਗ੍ਰੋਸਰ ਕੋਲ ਹੈ। ਇਹ ਉਹ ਥਾਂ ਹੈ ਜਿੱਥੇ ਤੁਹਾਨੂੰ ਔਰਗੈਨਿਕ ਡੇਅਰੀ ਪ੍ਰੋਡਿਊਸ, ਗ੍ਰੋਸਰੀ, ਕਲੀਨਿੰਗ ਸਪਲਾਈਜ਼, ਬਾਡੀ ਕੇਅਰ ਆਦਿ ਦਾ ਸਮਾਨ ਬਹੁਤ ਹੀ ਵਾਜਬ ਕੀਮਤਾਂ 'ਤੇ ਮਿਲਦਾ ਹੈ। ਕੁਆਲੀਫਾਈਡ ਸਟਾਫ ਨਾਲ ਮਸ਼ਵਰਾ ਕਰਕੇ ਤੁਸੀਂ ਹਰ ਕਿਸਮ ਦੀ ਬਿਮਾਰੀ ਲਈ ਵਧੀਆ ਸਪਲੀਮੈਂਟਸ ਲੈ ਸਕਦੇ ਹੋ। ਅੱਜ ਹੀ ਆਓ ਅਤੇ ਇਸ ਸ਼ੋਅ ਦਾ ਹਵਾਲਾ ਦੇਣ 'ਤੇ ਸਪੈਸ਼ਲ ਡਿਸਕਾਊਂਟ ਪਾਓ। Hi everybody, it's our anniversary and we'd love to chat with you. Come into the store and ask us all your health questions. See you soon. ਸ਼ਾਮਲੋ ਜੀ, ਤੁਸੀਂ ਤਾਂ ਹਰਪ੍ਰੀਤ ਸਿੰਘ ਸ਼ੋਅ ਵਿੱਚ ਇਸ ਰਿਲੀਜੀਅਸ ਸੈਗਮੈਂਟ ਵਿੱਚ ਮੇਰਾ ਸਾਥ ਦੇ ਰਹੇ ਨੇ ਡਾਕਟਰ ਕਾਲਾ ਸਿੰਘ ਜੀ, ਅਤੇ ਗੱਲਬਾਤ ਚੱਲ ਰਹੀ ਕਿ ਰੱਬ ਕਿੱਥੇ ਵੱਸਦਾ ਹੈ। ਜੋ ਤੁਸੀਂ ਇਹ ਕਹਿੰਦੇ ਕਿ ਰੱਬ ਸਾਡੇ ਅੰਦਰ ਹੈ, ਇਸਦਾ ਕੀ ਮਤਲਬ ਹੈ? ਕੀ ਰੱਬ ਦੀ ਕੋਈ ਮੂਰਤ ਸਾਡੇ ਅੰਦਰ ਹੈ? ਜਿਸ ਤਰ੍ਹਾਂ ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਦਸਮ ਦੁਆਰ ਦੇ ਵਿੱਚ ਜਾ ਕੇ ਤੁਹਾਨੂੰ ਰੱਬ ਨਜ਼ਰ ਆਏਗਾ, ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਪ੍ਰਚਲਿਤ ਹੈਗੀਆਂ ਨੇ, ਪਰ ਗੁਰਬਾਣੀ ਇਸ ਬਾਰੇ ਕੀ ਕਹਿੰਦੀ ਹੈ? ਇਸ ਬਾਰੇ ਅੱਜ ਚਰਚਾ ਕਰ ਰਹੇ ਅਤੇ ਮੇਰਾ ਸਾਥ ਦੇ ਰਹੇ ਨੇ ਡਾਕਟਰ ਕਾਲਾ ਸਿੰਘ। ਆਓ ਹੋਰ ਜਾਣਕਾਰੀ ਲੈਂਦੇ ਹਾਂ ਜੀ ਡਾਕਟਰ ਸਾਹਿਬ। ਹਾਂਜੀ ਹਰਪ੍ਰੀਤ ਸਿੰਘ, ਇਹ ਤੁਸੀਂ ਇੱਕ ਨਵੀਂ ਗੱਲ ਕਹਿ ਦਿੱਤੀ ਵੈਸੇ ਕਿ ਦਸਵਾਂ ਦੁਆਰ ਵਾਲੀ ਦੁਆਰੇ ਗੱਲ ਜੀ, ਮੈਂ ਸੋਚਿਆ ਤਾਂ ਨਹੀਂ ਸੀਗਾ ਉਹਦੇ ਬਾਰੇ ਬੋਲਣਾ, ਹੁਣ ਇੱਕ ਸੈਕਿੰਡ ਮੈਂ ਉਹਦੇ ਉੱਪਰ ਬੋਲ ਹੀ ਦਿੰਦਾ ਜ਼ਰੂਰ ਕਿ ਜਿਹੜਾ ਦਸਵਾਂ ਦੁਆਰ ਹੈ, ਨੌ ਦੁਆਰੇ ਪ੍ਰਗਟ ਕੀ ਦਸਵਾਂ ਗੁਪਤ ਰਖਾਇਆ, ਗੁਰੂ ਦੁਆਰੇ ਲਾਏ ਭਾਵ ਨੇ ਇੱਕ ਦਸਵਾਂ ਦੁਆਰ ਦਿਖਾਇਆ। ਗੁਰੂ ਦੇ ਦੁਆਰੇ ਆ ਕੇ ਗੁਰੂ ਦੀ ਸਿੱਖਿਆ ਲੈ ਕੇ ਅਸੀਂ ਆਪਣੇ ਅੰਦਰ ਮਨ ਤੋਂ ਜੋਤ ਸਰੂਪ ਹੈ। ਜਦੋਂ ਅਸੀਂ ਆਉਣਾ ਆ ਤਾਂ ਉਹ ਜਦੋਂ ਸਾਡਾ ਮਨ ਜੋਤ ਸਰੂਪ ਹੋ ਗਿਆ ਹੈ ਨਾ, ਉਸ ਵੇਲੇ ਦਸਵਾਂ ਦੁਆਰ ਖੁੱਲ੍ਹ ਗਿਆ। ਠੀਕ, ਉਹ ਕਿੱਦਾਂ ਕਰਨਾ ਆ? 1147 ਅੰਕ ਉੱਪਰ ਬੜਾ ਸੋਹਣਾ ਸ਼ਬਦ ਵਾ ਜੀ, ਭੈਰੋ ਵਾਲਾ ਪੰਜਵਾਂ, ਪ੍ਰਥਮੇ ਛੋਡੀ ਪਰਾਈ ਨਿੰਦਾ। ਦਸਵਾਂ ਦੁਆਰ ਕਿੱਦਾਂ ਕਿੱਦਾਂ ਖੋਲ੍ਹਣਾ? ਖੋਲ੍ਹਣਾ ਪ੍ਰਥਮੇ ਛੋਡੀ ਪਰਾਈ ਨਿੰਦਾ, ਸਭ ਤੋਂ ਪਹਿਲਾਂ ਤਾਂ ਪਰਾਈ ਨਿੰਦਾ ਛੱਡ ਦਿਓ। ਠੀਕ, ਉੱਤਰ ਅੱਗੇ ਸਭ ਮਨ ਕੀ ਚਿੰਤਾ, ਉਹਦੇ ਨਾਲ ਜਿਹੜਾ ਮਨ ਜਿਹੜਾ ਅੰਦਰ ਪਰੇਸ਼ਾਨੀ ਸੀ ਨਾ, ਦੂਜੇ ਨੂੰ ਦੇਖ ਦੇਖ ਕੇ ਜੈਲਸ ਨੇ ਸੜਨਾ ਸੀਗਾ, ਉਹ ਖਤਮ ਹੋ ਗਿਆ। ਲੋਭ ਮੋਹ ਸਭ ਕਿਨੋਂ ਦੂਰ, ਉਹਦੇ ਨਾਲ ਲੋਭ ਵੀ ਖਤਮ ਹੋ ਗਿਆ, ਮੋਹ ਵੀ ਖਤਮ ਹੋ ਗਿਆ। ਪਰਮ ਵੈਸ਼ਨੋ ਪਰਮ ਪੇਖ ਹਜ਼ੂਰ, ਐਸੋ ਤਿਆਗੀ ਵਿਰਲਾ ਕੋਏ, ਹਰ ਹਰ ਨਾਮ ਜਪੇ ਜਨ ਸੋਏ ਰਹਾਉ। ਇਹ ਰਾਉ ਜੀ ਤੋਂ ਕਹੋ ਕਿ ਐਸਾ ਤਿਆਗੀ ਜਿਹੜਾ ਜਿਹਨੇ ਪਰਾਈ ਮਿੰਦਾ ਛੱਡ ਦਿੱਤੀ, ਕੋਈ ਵਿਰਲਾ ਹੀ ਹੈ ਕੋਈ। ਅਹਮ ਬੁੰਦ ਕਾ ਛੋੜਿਆ ਸੰਗ, ਉਹਦੇ ਬਾਅਦ ਆਪਣੇ ਈਗੋ ਛੱਡੋ। ਕਾਮ ਕਰੋ ਦੇ ਕਾ ਉਤਰਿਆ ਰੰਗ, ਜਦੋਂ ਕਾਮ ਕਰੋ ਤਾਂ ਆਪਣੇ ਪੁੱਤਰ ਗਿਆ, ਜੇ ਮੈਂ ਜਦੋਂ ਮੇਰੀ ਉਹ ਖਤਮ ਹੋ ਗਈ ਤਾਂ ਮੈਨੂੰ ਕਰੋ ਤਾਂ ਆਪਣਾ ਵੀ ਨਹੀਂ ਆਉਣਾ। ਨਾਮ ਧਿਆਏ ਹਰ ਹਰ ਹਰੇ, ਸਾਧ ਜਾ ਕੇ ਸੰਗ ਨਿਸਤਰੇ, ਬੈਰੀ ਮੀਤ ਹੋਏ ਸਨਮਾਨ, ਸਰਮ ਹੈ ਪੂਰਨ ਭਗਵਾਨ, ਪ੍ਰਭ ਕੀ ਆਗਿਆ ਮਾਨ ਸੁਖ ਪਾਇਆ, ਗੁਰ ਪੂਰੇ ਹਰਨਾਮ ਦੇਣਾ ਆ। ਜਦੋਂ ਪ੍ਰਭੂ ਦੀ ਆਗਿਆ ਜਿਹੜੇ 1430 ਅੰਗ ਦੇ ਵਿੱਚ ਉਪਦੇਸ਼ ਦਿੱਤਾ ਆ, ਜਦੋਂ ਅਸੀਂ ਉਹਦੀ ਰਜ਼ਾ ਦੇ ਵਿੱਚ ਚੱਲਾਂਗੇ ਤਾਂ ਉਹਦੇ ਨਾਲ ਕੀ ਹੋਏਗਾ? ਸੁੱਖ ਮਿਲੇਗਾ। ਕਰ ਕਿਰਪਾ ਜਿਸ ਰਾਖੇ ਆਪ, ਸੋਹੀ ਭਗਤ ਜਪੇ ਨਾਮ ਜਾਪ, ਮਨ ਪ੍ਰਕਾਸ਼ ਗੁਰ ਤੇ ਮਤ ਲਈ, ਕਹੋ ਨਾਨਕ ਤਾਂ ਕੀ ਪੂਰੀ ਪਈ। ਜਦੋਂ ਇਹ ਚੀਜ਼ਾਂ ਛੱਡ ਦਿੱਤੀਆਂ, ਮਨ ਦੇ ਤਾਂ ਸ਼ਾਂਤੀ ਆ ਗਈ, ਸੁੱਖ ਆ ਗਿਆ, ਦਸਵਾਂ ਦੁਆਰ ਖੁੱਲ੍ਹ ਗਿਆ, ਮਨ ਤੋਂ ਜੋਤ ਸਰੂਪ ਹੈ, ਮਨ ਨੇ ਆਪਣਾ ਜੋਤ ਪਛਾਣ ਲਿਆ, ਅਤੇ ਅੰਦਰ ਫਿਰ ਆਪਣੇ ਆਪ ਹੀ ਰੱਬ ਦਾ ਪ੍ਰਕਾਸ਼ ਹੋ ਗਿਆ। 641 ਅੰਗ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ,
ਮਤਲਬ ਪਾਠ ਵੀ ਬੜੇ ਪੜ੍ਹੇ ਜੀ, ਅਖੰਡ ਪਾਠ ਵੀ ਬੜੇ ਕੀਤੇ, ਕਈ ਕੁਛ ਕੀਤਾ। ਪੰਜ ਜਨਾ ਸੰਗ ਸੰਗ ਨਾ ਛੁਟਕੇ ਉਹ ਅਨਕ ਅਹਮਬੁੱਧ ਅਧਿਕ ਅਹਮਬੁੱਧ ਬਾਧੇ, ਕਹਿੰਦੇ ਪਿਆਰੇ ਇਹਨੇ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਕਈ ਕੁਛ ਕਰ ਲਿਆ। ਫਿਰ ਕੀ ਕੀਤਾ, ਹਾਰ ਭਰਿਆ ਸਵਾਮੀ ਹਾਰ ਭਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ ਰਹਾਉ, ਵੀ ਮੈਨੂੰ ਵਿਵੇਕ ਬੁੱਧ ਦੇ ਜੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ 1430 ਅੰਗ ਪੜ੍ਹ ਕੇ ਉਹਨਾਂ ਨੂੰ ਉਹਦੇ ਵਿੱਚੋਂ ਵਿਵੇਕ ਬੁੱਧ ਲੈਣੀ ਆ। ਜਦੋਂ ਵਿਵੇਕ ਬੁੱਧ ਲਵਾਂਗੇ ਤਾਂ ਫਿਰ ਪਰਾਏ ਪਰਾਈ ਨਿੰਦਾ ਛੱਡਾਂਗੇ, ਈਗੋ ਛੱਡਾਂਗੇ, ਲਾਭ ਲੋਭ ਮੋਹ ਹੰਕਾਰ ਛੱਡਾਂਗੇ। ਇਹ ਜਿਹੜੀ ਸਾਨੂੰ ਜਿਹੜੀ ਚੀਜ਼ ਇਹ ਸਾਨੂੰ ਬਾਣੀ ਨੇ ਦੇਣੀ ਆ, ਵਾਹ ਵਾਹ ਬਾਣੀ ਨਿਰੰਕਾਰ ਹੈ। ਇਸੇ ਵਾਸਤੇ ਗੁਰੂ ਸਾਹਿਬਾਂ ਨੇ ਕਾਜਿਤ ਕਹਿ ਦਿੱਤਾ ਕਿ ਇੱਕ ਤਾਂ ਨਿਰੰਕਾਰ ਕਿਹਾ ਨਾ ਕਿ ਘੱਟ ਘੱਟ ਮੈਂ ਹਰ ਜੂ ਵਸਿਆ ਸੰਤਨ ਪਿਓ ਪੁਕਾਰ, ਔਰ ਦੂਜਾ ਵਾਹ ਵਾਹ ਬਾਣੀ ਨਿਰੰਕਾਰ ਹੈ। ਜਿਹੜਾ ਨਿਰੰਕਾਰ ਹੈ ਜਿਹੜੀ ਜਿਹੜੀ ਬਾਣੀ ਆ ਉਹ ਉਪਦੇਸ਼ ਹੈ, ਗਿਆਨ ਹੈ, ਜੋਤ ਗਿਆਨ ਹੈ। ਉਹ ਜਿਹੜਾ ਜੋਤ ਲੈਣਾ ਵਾ ਉਹ ਅਸੀਂ ਬਾਣੀ 'ਤੇ ਲੈਣੀ ਹੈ, ਇਸ ਵਾਸਤੇ ਬਾਣੀ ਨੂੰ ਨਿਰੰਕਾਰ ਕਿਹਾ ਹੈ। ਘੱਟ ਘੱਟ ਮੈਂ ਹਰ ਜੂ ਵਸਿਓ ਸੰਤਨ ਪਿਓ ਪੁਕਾਰ ਜੀ। ਹੁਣ ਰੱਬ ਸਿਰਫ ਮੇਰੇ ਜਾਂ ਤੁਹਾਡੇ ਅੰਦਰ ਤਾਂ ਨਹੀਂ ਵੱਸਦਾ, ਗੁਰੂ ਨੇ ਕਿਹਾ ਹੈ ਕਿ ਫਰੀਦਾ ਮਹਲਾ ਪੰਜਵਾਂ, ਫਰੀਦਾ ਖਾਲਕ ਖਲਕ ਮੈਂ ਖਲਕ ਵਸਿਆ ਰੱਬ ਮਾਹੇ, ਮੁੰਡਾ ਕਿਸ ਨੂੰ ਆਖੀ ਜਾਂ ਤਿਸ ਬਿੰਦ ਕੋਈ ਨਾ ਹੈ। ਤੇ ਜਦੋਂ ਮੈਨੂੰ ਇਹ ਪਤਾ ਲੱਗ ਗਿਆ ਕਿ ਉਹਦੀ ਹਰ ਚੀਜ਼ ਦੇ ਵਿੱਚ ਰੱਬ ਵੱਸਦਾ ਪਿਆ ਵਾ, ਤੇ ਮੈਂ ਕਿਸੇ ਜਾਨਵਰ ਨੂੰ ਵੀ ਮੰਦਾ ਨਹੀਂ ਕਹੂੰਗਾ, ਇਨਸਾਨ ਨੂੰ ਤਾਂ ਕੀ ਕਹੂੰਗਾ, ਮੈਂ ਕਿਸੇ ਜਾਨਵਰ ਨੂੰ ਵੀ ਮੰਦਾ ਨਹੀਂ ਕਹੂੰਗਾ। ਤਾਂ ਫਿਰ ਪਹਿਲਾਂ ਮੈਂ ਰੱਬ ਨੂੰ ਆਪਣੇ ਅੰਦਰੋਂ ਪਛਾਣਨਾ ਆ ਜੀ, ਉਸ ਗਿਆਨ ਨੂੰ। ਉਹਦੇ ਬਾਅਦ ਜਦੋਂ ਮੇਰੇ ਅੰਦਰ ਮਨ ਤੋਂ ਜੋਤ ਸਰੂਪ ਹੈ ਹੋ ਗਿਆ, ਉਹਦੇ ਬਾਅਦ ਫਿਰ ਮੈਂ ਉਹ ਜੋਤ ਨੂੰ ਹਰ ਚੀਜ਼ ਵਿੱਚ ਦੇਖੂੰਗਾ। ਰਾਈਟ, ਯਾਨੀ ਕਿ ਇਹ ਜਿਹੜਾ ਤੁਸੀਂ ਕੋਨਸੈਪਟ ਲਿਆਇਆ ਗਿਆ ਕਿ ਹਰ ਚੀਜ਼ ਵਿੱਚ ਰੱਬ ਵੱਸਦਾ, ਪਰ ਇੱਥੇ ਜਿਹੜਾ ਸਵਾਲ ਆਉਂਦਾ, ਤੁਸੀਂ ਕਿਹਾ ਕਿ ਜਾਨਵਰਾਂ ਨੂੰ ਵੀ ਮੈਂ ਬੁਰਾ ਨਹੀਂ ਕਹਾਂਗਾ, ਪਰ ਜਦੋਂ ਜਾਨਵਰ ਨੂੰ ਮਾਰ ਕੇ ਧਰਮ ਦੇ ਨਾਂ ਦੇ ਉੱਤੇ ਕਿ ਇਹ ਝਟਕਾ ਅਤੇ ਇਹ ਹਲਾਲ ਅਤੇ ਇਹ ਹੋਏ ਅਤੇ ਉਹ ਹੋਏ, ਇਹ ਜਦੋਂ ਕੀਤਾ ਜਾਂਦਾ, ਫਿਰ ਕਿਸ ਤਰ੍ਹਾਂ ਤੁਸੀਂ ਇਸਨੂੰ ਜਸਟੀਫਾਈ ਕਰੋਗੇ? ਜਦੋਂ ਨੌਜਵਾਨ ਪੁੱਛਦੇ ਨੇ ਫਿਰ ਕੀ ਕਹਾਂਗੇ ਅਸੀਂ? ਜੀ ਕਾ ਆਹਾਰ ਜੀ ਖਾਣਾ, ਠੀਕ, ਇਹ ਸ਼ੁਰੂ ਤੋਂ ਚੱਲਿਆ ਆਇਆ, ਇਹ ਸਰਕਲ ਬਣਿਆ ਸ਼ੁਰੂ ਤੋਂ ਹੀ ਜੀ, ਕਿ ਹਰ ਜੀ ਨੇ ਇੱਕ ਦੂਸਰੇ ਜੀ ਨੂੰ ਖਾਣਾ ਆ। ਠੀਕ, ਜੇ ਅਸੀਂ ਇਹ ਕਹੀਏ ਕਿ ਅਸੀਂ ਫਿਰ ਉਹਨੂੰ ਕਿੱਦਾਂ ਮਾਰੀਏ ਖਾਣ ਦੇ ਵਾਸਤੇ, ਕਿਉਂਕਿ ਇਹ ਆਹਾਰ ਹੈ। ਰਾਈਟ, ਹਰ ਦਾਣੇ ਜੀ ਕੇ ਜੀਓ ਬਾਜ ਨਾ ਕੋਈ ਹੈ ਨਾ, ਹਰ ਹਰ ਅੰਨ ਦੇ ਦਾਣ ਦੇ ਵਿੱਚ ਵੀ ਜੀ ਪੈਦਾ ਨੇ। ਠੀਕ, ਇਹਦਾ ਮਤਲਬ ਕਿ ਫਿਰ ਤਾਂ ਅਸੀਂ ਉਹਨਾਂ ਜੀ ਨੂੰ ਵੀ ਅੰਨ ਨੂੰ ਵੀ ਨਹੀਂ ਖਾਵਾਂਗੇ। ਰਾਈਟ, ਉਹ ਤਾਂ ਜਿਹੜਾ ਉਹ ਘੱਟ ਘੱਟ ਮੈਂ ਹਰ ਜੂ ਵਸੇ, ਉਹ ਤਾਂ ਫਿਰ ਵੈਜੀਟੇਬਲ ਦੇ ਵਿੱਚ ਵੀ ਹੈਗਾ ਆ, ਹੈ ਨਾ, ਅਤੇ ਹਰ ਚੀਜ਼ ਦੇ ਵਿੱਚ ਆ, ਪੱਥਰਾਂ ਦੇ ਵਿੱਚ ਵੀ ਹੈ ਜੀ, ਹਰ ਚੀਜ਼ ਦੇ ਵਿੱਚ ਉਹ ਵੱਸ ਰਿਹਾ। ਇਹਦਾ ਮਤਲਬ ਕਿ ਫਿਰ ਤਾਂ ਅਸੀਂ ਕਿਸੇ ਚੀਜ਼ ਨੂੰ ਵੀ ਨਹੀਂ ਖਾਵਾਂਗੇ, ਕਿਸੇ ਚੀਜ਼ ਨੂੰ ਕੁਛ ਨਹੀਂ ਕਰਾਂਗੇ। ਇੱਥੇ ਜਦੋਂ ਕਿ ਅਸੀਂ ਕਿਸੇ ਨੂੰ ਬਿਨਾਂ ਕਿਸੇ ਗੱਲ ਦੇ ਸਿਰਫ ਇੱਕ ਸ਼ੌਕੀਆ ਤੌਰ ਦੇ ਉੱਪਰ, ਠੀਕ, ਜਿਹਨੂੰ ਅੱਜ ਕੱਲ੍ਹ ਵੀ ਕੈਨੇਡਾ ਦੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਟਰੋਫੀ ਹੰਟਿੰਗ, ਹੈ ਨਾ, ਵੀ ਅਸੀਂ ਟਰੋਫੀ ਹੰਟਿੰਗ ਨਹੀਂ ਕਰਾਂਗੇ, ਪਰ ਹਾਂ ਆਪਣੇ ਆਹਾਰ ਦੇ ਵਾਸਤੇ, ਆਪਣੇ ਜੀਵ ਵਾਸਤੇ, ਹਰ ਜੀ ਇੱਕ ਦੂਜੇ ਨੂੰ ਖਾ ਰਿਹਾ ਹੈ। ਰਾਈਟ, ਇਹ ਗੱਲ ਹੈ, ਇਹਦਾ ਆਂਸਰ ਇਹ ਆ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਬਚ ਵਾਸ, ਇਹ ਪੂਰੇ ਦਾ ਪੂਰਾ ਜੱਗ ਜਿਹੜਾ ਵਾ ਇਹ ਸੱਚੇ ਦੀ ਕੋਠੜੀ ਆ ਜੀ, ਹਰ ਚੀਜ਼ ਦੇ ਵਿੱਚ ਉਹਦਾ 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 ਵਾਸਾ ਹੈ। ਇਹਦਾ ਮਤਲਬ ਕਿ ਖੰਡ ਬ੍ਰਹਿਮੰਡ ਹਰ ਇੱਕ ਦੇ ਵਿੱਚ, ਜਿੱਦਾਂ ਹੁਕਮ ਦੇ ਬਾਰੇ ਗੱਲ ਕਰੀਏ ਕਿ ਉਹ ਹੁਕਮ ਦੇ ਵਿੱਚ ਚੱਲ ਰਹੇ ਨੇ, ਉਹਦੇ ਪਾਣੀ ਦੇ ਵਿੱਚ ਚੱਲ ਰਹੇ ਨੇ, ਉਹਦੇ ਪਾਣੀ ਤੋਂ ਅਲੱਗ ਨਹੀਂ ਹੈ। ਅਸੀਂ ਸਿਰਫ ਅਸੀਂ ਹਾਂ ਜਿਹੜੇ ਉਹਦੇ ਪਾਣੀ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਨਹੀਂ ਚੱਲਦੇ। ਰਾਈਟ, ਇਨਸਾਨ 84 ਲੱਖ ਜੂਨ ਵਿੱਚ ਉੱਤਮ ਜਨਮ ਸੁਮਾਨਸ ਦੇਹੀ, ਇਹ ਸਿਰਫ ਇਸ ਵਾਸਤੇ ਹੈ ਕਿ ਉਹ ਜਿੰਨੇ ਵੀ ਹੈਗੇ ਨੇ ਘੱਟ ਘੱਟ ਵਾਲੇ, ਪੂਰੇ ਦੇ ਪੂਰੇ ਜੱਗ ਸੱਚੇ ਕੀ ਹੈ ਕੋਠੜੀ, ਪੂਰੇ ਜੱਗ ਦੇ ਵਿੱਚ, ਉਸ ਪੂਰੇ ਜੱਗ ਦੇ ਵਿੱਚ ਇੱਕ ਅਸੀਂ ਹਾਂ ਜਿਹੜੇ ਗਿਆਨ ਪ੍ਰਾਪਤ ਕਰਕੇ ਆਪਣੇ ਮਨ ਦੇ ਵਿੱਚ ਮਾਇਆ ਨੂੰ ਕੱਢ ਕੇ ਜਿਹੜੀ ਉਹਦੀ ਜੋਤ ਅੰਦਰ ਹੈਗੀ ਆ ਉਸ ਨੂੰ ਪ੍ਰਗਟ ਕਰ ਸਕਦੇ ਆ, ਬਾਕੀ ਦੇ ਜਿਹੜੇ ਨੇ ਉਹ ਇਹ ਕੰਮ ਨਹੀਂ ਕਰ ਸਕਦੇ ਜੀ। ਅਸੀਂ ਅਗਰ ਉਹ ਕਰ ਲਈਏ, ਕਈ ਵਾਰੀ ਕਈ ਸਵਾਲ ਵੀ ਪੁੱਛਦੇ ਨੇ ਕਿ ਸ਼ਬਦ ਆਉਂਦਾ ਵਾ
ਵਡਾਉਣ ਸਮੇਲਾ ਪਹਿਲਾ ਤੇਰੇ ਬੰਕੇ ਲੋਣ ਦਮ ਤੇਰੇ ਸਾਲਾ ਸੋਹਣੇ ਨੱਕ ਜਿਹਦੇ ਲੰਬੜੇ ਵਾਲਾ ਕੰਨ ਕੰਚਨ ਕਾਇਆ ਸੋਹਣੇ ਕੀ ਢਾਲਾ ਵੀ ਇਹ ਤਾਂ ਰੱਬ ਦੇ ਬਾਰੇ ਸਭ ਕੁਛ ਲਿਖਿਆ ਹੈ ਤੇਰੇ ਤੇ ਹੈ ਨਾ ਪਰ ਨਾਲ ਇਹ ਵੀ ਕਹਿ ਦਿੱਤਾ ਕਿ ਤੂੰ ਜੁੜਨਾ ਚਾਹੁੰਦਾ ਹੀ ਨਹੀਂ ਹੋ ਨਿਰਆਕਾਰ ਹੈ ਹੈ ਨਾ ਇਹ ਕਿ ਇਹ ਹੈ ਕਿ ਜਦੋਂ ਸਾਨੂੰ ਹਰ ਘੱਟ ਘੱਟ ਮੈਂ ਹਰ ਜੋ ਬਸੇ ਜਦੋਂ ਸਾਨੂੰ ਨਜ਼ਰ ਆਉਣ ਲੱਗ ਪਏਗਾ ਤੇ ਸਾਨੂੰ ਉਹਦੇ ਕਰਕੇ ਉਹਦੇ ਇਹ ਸਭ ਸੋਹਣੇ ਸੋਹਣੇ ਇਨਸਾਨ ਸੋਹਣੇ ਜਾਨਵਰ ਸੋਹਣੇ ਪਸ਼ੂ ਪੰਛੀ ਉਹਦੇ ਪੈਦਾ ਕੀਤੇ ਹੋਏ ਨੇ ਜੀ ਮੋਰ ਕਿੰਨਾ ਸੋਹਣਾ ਲੱਗਦਾ ਆ ਜੀ ਇਹਦਾ ਮਤਲਬ ਇਹ ਨਹੀਂ ਕਿ ਮੋਰ ਰੱਬ ਵਾ ਇਹ ਕਿਸੇ ਉਹਨੇ ਕਿਹਾ ਕਿ ਜਿਹੜੇ ਤੇਰੇ ਇਨਸਾਨ ਬਣਾਏ ਹੋਏ ਤੇਰੇ ਨੇ ਕਿੰਨੇ ਸੋਹਣੇ ਤੇਰੇ ਇਨਸਾਨ ਬਣਾਏ ਹੋਏ ਨੇ ਕਿੰਨੇ ਉਹਨਾਂ ਦੇ ਸੋਹਣੇ ਵਾਲ ਨੇ ਕਿੰਨੇ ਉਹਨਾਂ ਦੇ ਨੱਕ ਨੇ ਸੋਹਣੇ ਨੇ ਕਿੰਨੇ ਉਹਨਾਂ ਦੇ ਇਹ ਚੀਜ਼ ਨੂੰ ਇਹ ਚੀਜ਼ ਨੂੰ ਗੁਰੂ ਸਾਹਿਬਾਂ ਨੇ ਦੱਸਿਆ ਵਾ ਹੁਣ ਐਂਡ ਦੇ ਵਿੱਚ ਇਹ ਆ ਜਾਂਦਾ ਵਾ ਐਂਡ ਤਾਂ ਨਹੀਂ ਮਤਲਬ ਕਿ ਜਿਹੜੀ ਥੋੜ੍ਹੇ ਦਿਨ ਜਿਸ਼ਟ ਵਿੱਚ ਆ ਜਾਂਦਾ ਕਿ ਜਿਹੜੀ ਸਾਰੀ ਦੁਨੀਆਂ ਦਾ ਰੱਬ ਇੱਕੋ ਹੀ ਆ ਉਹ ਉਹਦੀ ਇੱਕ ਬਰਿਆਦਾ ਹੈ ਉਹਦਾ ਇੱਕ ਮਤ ਹੈ ਹੁਕਮ ਹੈ ਉਹ ਇੱਕ ਹੱਡ ਮਾਸ ਦਾ ਨਹੀਂ ਬਣਿਆ ਹੋਇਆ ਉਸਨੂੰ ਦੇਖਿਆ ਨਹੀਂ ਜਾ ਸਕਦਾ ਪਰ ਉਹਦਾ ਜਿਹੜਾ ਗਿਆਨ ਵਾ ਉਹਨੂੰ ਆਪਣੇ ਅੰਦਰ ਮਹਿਸੂਸ ਕੀਤਾ ਜਾ ਸਕਦਾ ਵਾ ਜਿਉਂ ਗੂੰਗੇ ਕੀ ਮਠਿਆਈ ਉਸ ਤਰੀਕੇ ਦੇ ਨਾਲ ਉਹ ਕਿਤੇ ਅਸਮਾਨ ਦੇ ਉੱਪਰ ਇੱਦਾਂ ਕਰਕੇ ਨਹੀਂ ਰਹਿੰਦਾ ਉਹ ਖਾਲਕ ਖਲਕ ਮੈਂ ਖਲਕ ਵਸੇ ਜਗਮਾਹੇ ਉਹਦੇ ਉੱਪਰ ਵਾ ਔਰ ਉਹਨੂੰ ਸਿਰਫ ਅਸੀਂ ਆਪਣੇ ਮਨ ਦੇ ਵਿੱਚ ਉਹਦੀ ਜਿਹੜੀ ਜੋਤ ਹੈ ਉਹਦਾ ਜਿਹੜਾ ਗਿਆਨ ਹੈ ਉਸ ਨੂੰ ਪ੍ਰਗਟ ਕਰਾਂਗੇ ਜਦੋਂ ਅਸੀਂ ਪ੍ਰਗਟ ਕਰ ਲਾਂਗੇ ਤਾਂ ਸਾਨੂੰ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਗੀ ਕਿ ਮੈਨੂੰ ਰੱਬ ਮਿਲ ਗਿਆ ਵਾ ਕਿ ਮੇਰੇ ਅੰਦਰ ਹੋ ਗਏ ਲੋਕਾਂ ਨੂੰ ਆਪਾਂ ਨੂੰ ਪਤਾ ਲੱਗ ਜਾਏਗਾ ਰਾਈਟ ਹੁਣ ਸੋਹੀ ਮਹਿਲਾ ਤੀਜਾ 756-57 ਅੰਕ ਪਰਵਾਰ ਹਰ ਜੀ ਸੂਖਮ ਅਗਮ ਹੈ ਕਿਤ ਬਿਧ ਮਿਲਿਆ ਜਾਏ ਰਾਈਟ ਕਿਵੇਂ ਮਿਲਿਆ ਜਾਵੇ ਬਿਲਕੁਲ ਸੂਖਮ ਹੈ ਗੁਰ ਕੈ ਸ਼ਬਦ ਭਰਮ ਕਟੀਏ ਅਚਿੰਤ ਵਸੇ ਮਨ ਆਏ ਜੀ ਜਦੋਂ ਅਸੀਂ ਗੁਰੂ ਦਾ ਸ਼ਬਦ ਮੰਨ ਲਿਆ ਉਹਦੇ ਉੱਪਰ ਕੰਮ ਕਰ ਲਿਆ ਉਹਦੇ ਉੱਪਰ ਵਿਚਾਰ ਕਰ ਲਈ ਉਹਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਆਪਣੇ ਆਪ ਹੀ ਮਨ ਦੇ ਵਿੱਚ ਆ ਕੇ ਵਸ ਜਾਏਗਾ ਜੀ ਫਿਰ ਕੀ ਹੋਏਗਾ ਜਿਹਨੇ ਚਾਖੇ ਸੋ ਜਾਣੇ ਗੁੰਗੇ ਕੀ ਮਠਿਆਈ ਰਤਨ ਲੁਕਾਇਆ ਲੁਕੇ ਨਾਹੀਂ ਜੇ ਕੋ ਰੱਖੇ ਲੁਕਾਈ ਜਦੋਂ ਤੁਹਾਡੇ ਅੰਦਰ ਉਹ ਪ੍ਰਗਟ ਹੋ ਗਿਆ ਤਾਂ ਤੁਸੀਂ ਆਪਣੇ ਮਨ ਨੂੰ ਜਿੱਤ ਲਿਆ ਫਿਰ ਤੁਹਾਨੂੰ ਕਹਿਣਾ ਨਹੀਂ ਪੈਣਾ ਹਰੇਕ ਨੂੰ ਪਤਾ ਲੱਗੇਗਾ ਕਿ ਹਾਂ ਵੀ ਹਰਪ੍ਰੀਤ ਸਿੰਘ ਜੀ ਪਹੁੰਚੇ ਹੋਏ ਇਨਸਾਨ ਨੇ ਰਾਈਟ ਬਿਲਕੁਲ ਤੁਸੀਂ ਇਹ ਜੋ ਗੱਲ ਕਹੀ ਕਿ ਜੋ ਇਹ ਪ੍ਰਚਾਰ ਕੀਤਾ ਜਾਂਦਾ ਕਿ ਰੱਬ ਦੇ ਦਰਸ਼ਨ ਕਰਵਾਵਾਂਗੇ ਅਤੇ ਉਹ ਹੋਏਗਾ ਇਹ ਦਰਸ਼ਨ ਦਾ ਮਤਲਬ ਹੀ ਹੈਗਾ ਕਿ ਉਸਦੇ ਗਿਆਨ ਦੀ ਜਦੋਂ ਸਾਨੂੰ ਸਮਝ ਆ ਗਈ ਤਾਂ ਅੱਜ ਦੇ ਦਰਸ਼ਨ ਹੋ ਗਏ ਉਸ ਪਰਮਾਤਮਾ ਦੇ ਸਾਨੂੰ ਦਰਸ਼ਨ ਹੋ ਗਏ ਨਾ ਕਿ ਉਸਦੀ ਕੋਈ ਮੂਰਤ ਹੈ ਕਿਉਂਕਿ ਇੱਕ ਪਾਸੇ ਤਾਂ ਜਦੋਂ ਅਸੀਂ ਕਹਿੰਦੇ ਕਿ ਜੀ ਤਾਂ ਉਹ ਅਜੂਨੀ ਹੈ ਉਸਦਾ ਕੋਈ ਨਿਰਾਕਾਰ ਹੈਗਾ ਕੋਈ ਕਾਰ ਨਹੀਂ ਹੈਗਾ ਅਤੇ ਜਦੋਂ ਦੂਸਰੇ ਪਾਸੇ ਅਸੀਂ ਨੌਜਵਾਨਾਂ ਨੂੰ ਇਹ ਕਹਿੰਦੇ ਆਪਣੇ ਬੱਚਿਆਂ ਨੂੰ ਕਿ ਦਰਸ਼ਨ ਹੋਣੇ ਨੇ ਤਾਂ ਫਿਰ ਉਹ ਕੌਂਟਰਡਿਕਟਰੀ ਗੱਲ ਹੁੰਦੀ ਹੈ ਜਦਕਿ ਬੇਸਿਕਲੀ ਤਾਂ ਗਿਆਨ ਹੀ ਸਾਡਾ ਗੁਰੂ ਹੈ ਅਤੇ ਗਿਆਨ ਨੂੰ ਹੀ ਅਸੀਂ ਆਪਣਾ ਗੁਰੂ ਸਮਝ ਕੇ ਜਦੋਂ ਉਹਦੀ ਪ੍ਰਾਪਤੀ ਕਰਾਂਗੇ ਤਾਂ ਸਾਡੇ ਵੀ ਦਰਸ਼ਨ ਗੁਰੂ ਦੇ ਹੋ ਜਾਣਗੇ ਤੁਹਾਡਾ ਧੰਨਵਾਦ ਜੀ ਇਸ ਵਿਸ਼ੇ 'ਤੇ ਆ ਕੇ ਅਤੇ ਸਾਂਝ ਪਾਉਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ ਹਰਪ੍ਰੀਤ ਸਿੰਘ ਸ਼ੋਅ ਐਟ gmail.com ਉਸ ਨਾਲ ਹੀ ਦੁਬਾਰਾ ਇਹ ਪ੍ਰੋਗਰਾਮ ਦੇਖਣਾ ਚਾਹੁੰਦੇ ਹੋ ਤਾਂ youtube.com/harpreetsinghshow ਜਾ ਕੇ ਦੇਖ ਸਕਦੇ ਹੋ ਧੰਨਵਾਦ ਜੀ ਅਸੀਂ ਆਪਣੇ ਸਪੋਂਸਰ ਅਤੇ ਐਡਵਰਟਾਈਜ਼ਰਸ ਦੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ ਤੁਹਾਡੇ ਤੋਂ ਵੀ ਅਸੀਂ ਸਹਿਯੋਗ ਦੀ ਆਸ ਰੱਖਦੇ ਹਾਂ ਪਿਛਲੇ 7 ਸਾਲਾਂ ਤੋਂ ਹਰ ਰੋਜ਼ ਤੁਹਾਡੇ ਘਰਾਂ ਵਿੱਚ ਆ ਕੇ ਇਹਨਾਂ ਇਸ਼ੂਜ਼ ਉੱਤੇ ਅਸੀਂ ਡਿਸਕਸ਼ਨ ਕਰਦੇ ਹਾਂ ਭਾਵੇਂ ਹੋਵੇ ਪੋਲੀਟਿਕਸ ਇਕਨੋਮਿਕਸ ਸਪੋਰਟਸ ਲਾਈਫ ਸਟਾਈਲ ਹੈਲਥ ਇਸ਼ੂਜ਼ ਸਾਡਾ ਫੋਕਸ ਹੁੰਦਾ ਸਪਿਰਚੁਐਲਿਟੀ ਦੇ ਉੱਤੇ ਕਿਉਂਕਿ ਇਹ ਸਾਡੀ ਫਾਊਂਡੇਸ਼ਨ ਹੈ ਅੱਜ ਸਮਾਜ ਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਨੇ ਅੱਜ ਸਮਾਜ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਉਸਨੂੰ ਕਿਸਨੇ ਹੱਲ ਕਰਨਾ ਹੈ ਧਰਮ ਹੀ ਇੱਕ ਜੜ ਹੈ ਜੇਕਰ ਸਾਨੂੰ ਸਮਝ ਆ ਜਾਏ ਤਾਂ ਇਹ ਸਾਰੇ ਇਸ਼ੂਜ਼ ਦਾ ਸੋਲਿਊਸ਼ਨ ਅਸੀਂ ਲੱਭ ਸਕਦੇ ਹਾਂ ਸੋ ਇਸ ਕਰਕੇ ਤੁਹਾਡੇ ਸਹਿਯੋਗ ਦੀ ਆਸ ਕਰਦੇ ਹਾਂ ਕੋਈ ਵੀ ਜਾਣਕਾਰੀ ਲੈਣੀ ਹੋਏ ਤਾਂ ਜ਼ਰੂਰ ਸੰਪਰਕ ਕਰਨਾ ਸਮਾਂ ਕੱਢ ਕੇ ਪ੍ਰੋਗਰਾਮ ਦੇਖਣ ਲਈ ਧੰਨਵਾਦ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ